ਸਰ ਅੱਜ ਪੁਲਿਸ ਵੱਲੋਂ ਦੋ ਗੱਡੀਆਂ ਦੇ ਨਾਲ ਇੱਕ ਤਸਕਰ ਨੂੰ ਪਕੜਿਆ ਗਿਆ ਹੈ ਇਹਦਾ ਕੀ ਮਾਮਲਾ ਹੈ ਸਰ ਮਾਨਯੋਗ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਮਾਨਯੋਗ ਡੀਐਸਪੀ ਸਾਹਿਬ ਜਿਹੜੇ ਬਾਗਾ ਪੁਰਾਣਾ ਉਹਨਾਂ ਦੀ ਰਹਿਨਮਾਈ ਹੇਠ ਸਾਡੀ ਜਿਹੜੀ ਸਾਰੀ ਹੀ ਟੀਮ ਪੁਲਿਸ ਸਟੇਸ਼ਨ ਦੀ ਬਹੁਤ ਵਧੀਆ ਨਸ਼ਾ ਤਸਕਰਾਂ ਨੂੰ ਰੋਕਣ ਲਈ ਕੰਮ ਕਰ ਰਹੀ ਹੈ। ਸੋ ਕੁਛ ਦਿਨ ਪਹਿਲਾਂ ਮੁਕੱਦਮਾ ਨੰਬਰ 170 FIR ਨੰਬਰ ਜਿਹੜੀ ਦਰਜ ਰਜਿਸਟਰ ਇੱਥੇ ਨਸ਼ਿਆਂ ਦੇ ਅਗੇਂਸਟ ਕੀਤੀ ਗਈ ਸੀ ਜਿਸ ਦੇ ਵਿੱਚ ਇੱਕ ਮਨਤਾਰ ਸਿੰਘ ਇਲਿਸ ਗੋਪੀ ਨਾਮ ਦਾ ਜਿਹੜਾ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਕਬਜ਼ੇ ਵਿੱਚੋਂ 32 ਗ੍ਰਾਮ ਹੈਰੋਇਨ ਜਿਹੜੀ ਕਬਜ਼ੇ ਵਿੱਚੋਂ ਮਿਲੀ ਸੀ। ਤੋ ਉਸ ਦੀ ਕੜੀ ਨੂੰ ਅੱਗੇ ਉਹਦੀ ਪੁੱਛਗਿੱਛ ਦੇ ਦੌਰਾਨ ਜਿਹੜਾ ਅਸੀਂ ਅੱਗੇ ਚੱਲੇ ਤਾਂ ਉਹਨੇ ਇੱਕ ਜਿਹੜਾ ਸ਼ਖਸ ਹੈ ਅਮਨਦੀਪ ਸਿੰਘ ਅਮਣਾ ਜੋ ਸੁਖਾਨੰਦ ਦਾ ਰਹਿਣ ਵਾਲਾ ਹੈ ਸੋ ਉਸਦਾ ਨਾਮ ਜਿਹੜਾ ਉਹਦੇ ਵਿੱਚ ਪੁੱਛਗਿੱਛ ਦੇ ਵਿੱਚ ਆਇਆ ਕਿ ਮੈਂ ਉਸ ਦੇ ਪਾਸੋਂ ਜਿਹੜੀ ਖਰੀਦ ਕਰਕੇ ਆਉਂਦਾ। ਸੋ ਅਸੀਂ ਉਸ ਨੂੰ ਪਰਸੋਂ ਨਾਮਜ਼ਦ ਮੁਕੱਦਮੇ ਦੇ ਵਿੱਚ ਕੀਤਾ ਸੀਗਾ ਅਤੇ ਨਾਲ ਹੀ ਅਸੀਂ ਉਹਦੇ ਜਿਹੜਾ ਘਰ ਦੇ ਉੱਪਰ ਸਮੇਤ ਪੁਲਿਸ ਪਾਰਟੀ ਦੇ ਸਾਰੀ ਰੇਡ ਕੀਤੀ ਗਈ। ਸੋ ਸਾਡੇ ਇਸੇ ਕਸ਼ਮੀਰ ਸਿੰਘ ਜੀ ਦੇ ਜਦੋਂ ਕੰਧ ਟੱਪ ਕੇ ਭੱਜਣ ਲੱਗਿਆ ਤਾਂ ਉਹ ਕਾਬੂ ਆ ਗਿਆ। ਉਹਦੇ ਕਬਜ਼ੇ ਵਿੱਚੋਂ ਕੁਝ 32 ਗੋਲੀਆਂ ਜਿਹੜੀਆਂ ਨਸ਼ੀਲੀਆਂ ਉਹ ਬਰਾਮਦ ਹੋਈਆਂ ਅਤੇ ਬਾਅਦ ਦੇ ਵਿੱਚ ਉਹਦੀ ਪੁੱਛਗਿੱਛ ਦੇ ਦੌਰਾਨ ਜਿਹੜੀ 50 ਗ੍ਰਾਮ ਹੈਰੋਇਨ ਹੈ ਜਿਹੜੀ ਉਹਦੀਆਂ ਗੱਡੀਆਂ ਦੇ ਵਿੱਚੋਂ ਬਰਾਮਦ ਹੋਈ। ਇੱਕ ਉਹਦੇ ਕੋਲ ਆਡੀ ਗੱਡੀ ਹੈ, ਇੱਕ ਉਹਦੇ ਕੋਲ ਥਾਰ ਗੱਡੀ ਹੈ ਜਿਹੜੀ ਆਡੀ ਗੱਡੀ ਉਹਦੇ ਵਿੱਚ ਮੈਟਾਂ ਦੇ ਨੀਚੋਂ ਜਿਹੜੀ 25 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਜਿਹੜੀ ਥਾਰ ਗੱਡੀ ਉਹਦੇ ਵਿੱਚੋਂ ਵੀ ਜਿਹੜੀ 25 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀ ਸਾਡੇ ਕੋਲ ਹੁਣ ਪੁਲਿਸ ਰਿਮਾਂਡ 'ਤੇ ਇਹਦੀ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਬਰਾਮਦਗੀ ਹੋਣ ਦੇ ਜਿਹੜੇ ਆਸਾਰ ਨੇ। ਇਹ ਦੋਸ਼ੀ ਬੜਾ ਚਤਰ ਤੇ ਚਲਾਕ ਹੈ, ਪਹਿਲਾਂ ਵੀ ਇਹਦੇ ਜਿਹੜੇ ਮੁਕੱਦਮੇ ਹੀਰੋਇਨ ਦੇ ਦਰਜ ਹਨ। 270 ਗ੍ਰਾਮ ਹੀਰੋਇਨ ਦਾ ਇਹਦੇ ਉੱਪਰ ਇੱਕ ਬਠਿੰਡਾ ਵਿਖੇ ਮੁਕੱਦਮਾ ਦਰਜ ਰਜਿਸਟਰ ਹੈ ਅਤੇ ਇੱਕ ਮੁਕੱਦਮਾ 400 ਗ੍ਰਾਮ ਫੀਮ ਦਾ ਇਹਦੇ ਉੱਪਰ ਦਰਜ ਰਜਿਸਟਰ ਹੈ। ਇਹਦਾ ਪੁਰਾਣਾ ਪਿਛੋਕੜ ਵੀ ਜਿਹੜਾ ਇਹਦੇ ਫਾਦਰ ਸਾਹਿਬ ਦਾ ਵੀ ਸੀਗਾ, ਉਹ ਵੀ ਇਸੇ ਤਰ੍ਹਾਂ ਸੀਗਾ। ਸੋ ਉਸੇ ਕਰਕੇ ਜਿਹੜਾ ਇਹ ਬੜਾ ਜਿਹੜਾ ਗੈਂਗਸਟਰ ਵੀ ਕਿਹਾ ਜਾ ਸਕਦਾ ਇਹਨੂੰ, ਕਿਉਂਕਿ ਇਹਦਾ ਨਾਮ ਉੱਪਰੋਂ ਸਾਡੇ ਸੀਨੀਅਰ ਆਫਿਸਰ ਵੱਲੋਂ ਚੰਡੀਗੜ੍ਹੋਂ ਵੀ ਜਿਹੜਾ ਲਿਸਟ ਦੇ ਵਿੱਚ ਵੀ ਇਹਦਾ ਨਾਮ ਆਇਆ ਸੀਗਾ ਕਿ ਇਹ ਜਿਹੜਾ ਬੰਦਾ ਹੈਗਾ ਇਹ ਕਾਫੀ ਹੋਰ ਭਗੌੜਿਆਂ ਨੂੰ ਸ਼ਹਿ ਦਿੰਦਾ ਅਤੇ ਜਿਹੜਾ ਨਸ਼ਾ ਵੇਚਣ ਦਾ ਕੰਮ ਕਰਦਾ। ਸੋ ਸਾਡੀ ਪੁੱਛਗਿੱਛ ਦੇ ਦੌਰਾਨ ਆਉਣ ਕਰਕੇ ਅਸੀਂ ਇਹਦੇ ਰੇਡ ਕੀਤਾ ਤੇ ਸਾਨੂੰ ਇਹ ਜਿਹੜਾ ਮੁਲਜ਼ਮ ਹੈ ਕਾਬੂ ਆਇਆ। ਸਰ ਕਿਸ ਤਰ੍ਹਾਂ ਦੇ ਅਧੀਨ ਜਿਹੜਾ ਹੈਗਾ ਪਰਚਾ ਦਰਜ? ਇਹ ਧਾਰਾ 21-85 ਅਤੇ 22-85 ਦੇ ਅਧੀਨ ਜਿਹੜਾ ਅਸੀਂ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸੋ ਅਸੀਂ 22 ਸੈਕਸ਼ਨ ਦੇ ਵਿੱਚ ਫਿਰ ਬਾਅਦ ਦੇ ਵਿੱਚ ਅਮੈਂਡ ਕੀਤੀ ਹੈ ਕਿਉਂਕਿ ਜਿਹੜੀਆਂ ਨਸ਼ੀਲੀਆਂ ਗੋਲੀਆਂ ਉਹਦੇ ਕੋਲੋਂ ਮਿਲੀਆਂ ਉਹਦੇ ਕਰਕੇ ਫਿਰ ਅਸੀਂ 22 NDPS ਦੀ ਧਾਰਾ ਵਿੱਚ ਐਡ ਕੀਤੀ। ਸਰ ਪੁਲਿਸ ਵੱਲੋਂ ਜਿਹੜਾ ਹੈਗਾ ਮਿਹਨਤ ਕਰਕੇ ਇਹਨਾਂ ਤਸਕਰਾਂ ਨੂੰ ਕਾਬੂ ਕੀਤਾ ਜਾਂਦਾ, ਪਰ ਕਿਤੇ ਨਾ ਕਿਤੇ ਇਹ ਕੁਛ ਦਿਨਾਂ ਬਾਅਦ ਜਾਂ ਮਹੀਨੇ ਬਾਅਦ ਇਸ ਵਾਰ ਆ ਜਾਂਦੇ ਹਨ, ਫਿਰ ਉਸੇ ਤਰ੍ਹਾਂ ਹੀ ਕੰਮ ਕਰਦੇ ਨੇ। ਕੀ ਲੱਗਦਾ ਹੈ ਕਿ ਇਹਨਾਂ ਤੇ ਸਖ਼ਤ ਕਾਨੂੰਨ ਬਣਾਉਣ ਦੀ ਲੋੜ? ਬਿਲਕੁਲ ਜੀ, ਅਸੀਂ ਨਾ ਮੰਗ ਕਰਦੇ ਹਾਂ ਕਿ ਜਿਹੜੀ ਇਹਦੀ ਕੁਆਂਟਿਟੀ ਹੈ, ਜਿਹੜੀ ਕਮਰਸ਼ੀਅਲ ਦੇ ਵਿੱਚ ਨੌਨ ਕਮਰਸ਼ੀਅਲ ਵਾਲੀ ਕੁਆਂਟਿਟੀ ਹੈ, ਉਹਦੇ ਬਾਰੇ ਗਵਰਨਮੈਂਟ ਨੂੰ ਵੀ ਵਿਚਾਰ ਕਰਨਾ ਚਾਹੀਦਾ, ਕੋਰਟਾਂ ਨੂੰ ਵੀ ਵਿਚਾਰ ਕਰਨਾ ਚਾਹੀਦਾ, ਕਿਉਂਕਿ ਜਿਹੜੀ ਘੱਟੋ ਘੱਟ ਜਿਹੜੀ ਹੀਰੋਇਨ ਹੈਗੀ ਹੈ, ਪਾਈਆ ਹੀਰੋਇਨ ਹੋਵੇ 250 ਗ੍ਰਾਮ ਹੀਰੋਇਨ, ਫਿਰ ਉਹਦੇ ਵਿੱਚ ਜਿਹੜੀ ਬੇਲ ਜਿਹੜੀ ਹੋਣੀ ਮੁਸ਼ਕਲ ਹੋ ਜਾਂਦੀ ਹੈ। ਜੇਕਰ ਘੱਟ ਬਰਾਮਦਗੀ ਹੁੰਦੀ ਹੈ ਤਾਂ ਉਹਦੇ ਵਿੱਚ ਦੋਸ਼ੀ ਜਿਹੜਾ ਬੇਲ ਦਾ ਫਾਇਦਾ ਲੈ ਜਾਂਦੇ ਹਨ। ਸੋ ਸਾਡੀ ਇਹੀ ਗੁਜ਼ਾਰਿਸ਼ ਹੈ ਕਿ ਇਹਦੀ ਜਿਹੜੀ ਕੁਆਂਟਿਟੀ ਬਾਰੇ ਜ਼ਰੂਰ ਸਰਕਾਰ ਨੂੰ ਜਿਹੜਾ ਸੋਚਣਾ ਚਾਹੀਦਾ। ਸਰ ਹੋਰ ਵੀ ਜਿਹੜਾ ਹੈਗਾ ਆਸੇ ਪਾਸੇ ਜਾਂ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਆਪਣੇ ਇਲਾਕੇ 'ਚ ਵੀ ਨਸ਼ਾ ਵੇਚ ਰਹੇ ਤਸਕਰਾਂ ਨੂੰ ਕੀ ਵਾਰਨਿੰਗ ਦੇਣੀ ਚਾਹੁੰਦੇ? ਸੋ ਮੇਰੀ ਤਾਂ ਪਹਿਲਾਂ ਵੀ ਕਾਨਫਰੰਸ ਦੇ ਦੌਰਾਨ ਇਹੀ ਹੁੰਦੀ ਹੈ ਕਿ ਸਾਨੂੰ ਤਾਂ ਪਬਲਿਕ ਦੇ ਸਹਿਯੋਗ ਦੀ ਜ਼ਰੂਰਤ ਹੈ। ਸੋ ਪਬਲਿਕ ਸਾਨੂੰ ਸਹਿਯੋਗ ਦੇਵੇ। ਹੁਣ ਜਿਹੜੀਆਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਗਈਆਂ ਬਹੁਤ ਸੋਹਣਾ ਕੰਮ ਕਰ ਰਹੀਆਂ ਉਹ ਵੀ, ਸੋ ਸਾਨੂੰ ਉਹਨਾਂ ਦਾ ਵੀ ਸਹਿਯੋਗ ਹੈ ਅਤੇ ਆਮ ਪਬਲਿਕ ਦਾ ਵੀ ਸਹਿਯੋਗ ਜ਼ਰੂਰੀ ਹੈ। ਸਾਨੂੰ ਉਹ ਸਹਿਯੋਗ ਦੇਣ ਅਤੇ ਅਸੀਂ ਇਹੋ ਜਿਹੜੇ ਮੁਲਜ਼ਮ ਹਨ ਜਿਹੜੇ ਨਸ਼ਾ ਤਸਕਰ ਹਨ ਅਤੇ ਅਸੀਂ ਇਹਨਾਂ ਨੂੰ ਨੱਥ ਪਾ ਸਕੀਏ। ਜਿਹੜਾ ਨਸ਼ਾ ਤਸਕਰ ਹੈ ਇਹ ਕਿੰਨੇ ਦਿਨ ਰਿਮਾਂਡ ਤੇ? ਇਹ ਸਾਡੇ ਕੋਲ 2 ਦਿਨ ਦੇ ਪੁਲਿਸ ਰਿਮਾਂਡ ਤੇ। ਹੋਰ ਵੀ ਸਾਰੇ ਕਲਾਸੇ ਹੋਣ ਦੀ ਉਮੀਦ? ਹਾਂਜੀ, ਅਸੀਂ ਪੁੱਛਗਿੱਛ ਕਰ ਰਹੇ ਹਾਂ, ਉਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਇਹ ਕਿੱਥੋਂ ਲੈ ਕੇ ਆਉਂਦਾ? ਇਹ ਕਹਿ ਰਿਹਾ ਕਿ ਮੈਂ ਦਿੱਲੀ ਤੋਂ ਲੈ ਕੇ ਆਉਣਾ, ਨੀਗਰੋ ਤੋਂ ਲੈ ਕੇ ਆਉਣਾ। ਸੋ ਅਸੀਂ ਉਹਦੀ ਪੁੱਛਗਿੱਛ ਡੂੰਘਾਈ ਨਾਲ ਕਰਾਂਗੇ, ਅਸੀਂ ਇੱਕ ਪਾਰਟੀ ਉੱਥੇ ਵੀ ਭੇਜਾਂਗੇ ਚੰਗੀ ਤਰ੍ਹਾਂ ਜਿਹੜਾ ਉਹਨੂੰ ਡੂੰਘਾਈ ਨਾਲ ਕੀਤਾ ਜਾਵੇ। ਇਸ ਦੇ ਨਾਲ ਹੋਰ ਵੀ ਵਿਅਕਤੀ ਹਨ ਜਾਂ ਇਹ ਇਕੱਲਾ ਹੀ ਕੰਮ ਕਰਦੇ ਜੀ? ਨਹੀਂ, ਇਹਦੇ ਨਾਲ ਇੱਕ ਬਿੱਟੂ ਨਾਮ ਦਾ ਵਿਅਕਤੀ ਜਿਹੜਾ ਪਹਿਲਾਂ ਵੀ ਇਹਦਾ ਕੇਸ ਲੜ ਰਿਹਾ, ਉਹਦਾ ਨਾਮ ਉੱਭਰ ਕੇ ਸਾਹਮਣੇ ਆਇਆ। ਸੋ ਅਸੀਂ ਉਹਨੂੰ ਵੀ ਚੈੱਕ ਕਰ ਰਹੇ ਹਾਂ। ਸਰ ਇੱਕ ਪਿੰਡਾਂ ਦੇ ਵਿੱਚ ਜਿਹੜੀਆਂ ਤੁਸੀਂ ਕਹਿ ਰਹੇ ਨਸ਼ਾ ਛਡਾਊ ਜਿਹੜਾ ਕਮੇਟੀਆਂ ਬਣਾਈਆਂ ਗਈਆਂ, ਅਤੇ ਵਾਹਗਾ ਪੁਰਾਣਾ ਏਰੀਏ ਦੇ ਵਿੱਚ ਜਿਹੜੀਆਂ ਕਿੰਨੀਆਂ ਕਮੇਟੀਆਂ ਜੋ ਜੋ ਬਣੀਆਂ ਵੀ ਕੋਈ ਥਾਣੇ ਦੇ ਜਿਹੜੀਆਂ ਹੈਗੀਆਂ ਸੂਚਨਾ ਆਈ ਹੈ? ਇਹ ਅਜੇ ਪਿੰਡਾਂ ਦੇ ਵਿੱਚ ਕੁਛ ਪਿੰਡਾਂ ਦੇ ਵਿੱਚ ਬਣ ਗਈਆਂ, ਕੁਛ ਪਿੰਡਾਂ ਦੇ ਵਿੱਚ ਅਜੇ ਬਣ ਰਹੀਆਂ। 1-2 ਪਿੰਡ ਜਿਹੜੇ ਲੰਗੇਆਣਾ ਵਗੈਰਾ ਜਾਂ ਉਹ ਮੇਰੇ ਧਿਆਨ ਵਿੱਚ ਆਈਆਂ, ਅਸੀਂ ਉੱਥੇ 1-2 ਦਿਨਾਂ ਦੇ ਵਿੱਚ ਕੋਈ ਸੈਮੀਨਾਰ ਵਗੈਰਾ ਵੀ ਲਗਾ ਰਹੇ ਹਾਂ। ਫਿਰ ਉਸ ਤੋਂ ਬਾਅਦ ਇੱਕ ਵਾਰ ਅਸੀਂ ਸਾਰਿਆਂ ਨੂੰ ਅਗਾਹ ਕਰਕੇ
ਤੇ ਉਸ ਤੋਂ ਬਾਅਦ ਅਸੀਂ 5-4 ਦਿਨਾਂ ਦੇ ਬਾਅਦ ਵਿੱਚ ਜਿਹੜੇ ਨਹੀਂ ਨਸ਼ਾ ਤਸਕਰ ਬਾਜ਼ ਆਉਣਗੇ ਉਹਨਾਂ ਦੇ ਉੱਪਰ ਸਖਤੀ ਨਾਲ ਜਿਹੜੇ ਪਰਚੇ ਦਿੱਤੇ ਜਾਣਗੇ।